ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਸਟੇਜ ਦੇ ਉੱਤੇ ਹੋਵੇ ਜਾਂ ਤੁਹਾਡੇ ਕੋਲ ਹੋਰ ਵੱਖਰੀ ਪਾਵਰ ਹੋਵੇ ਔਰ ਤੁਸੀਂ ਵੱਧ ਸੇਵਾ ਕਰ ਸਕੋਗੇ? ਨਹੀਂ, ਬਿਲਕੁਲ ਨਹੀਂ ਜੀ। ਇਸ ਤੋਂ ਵੱਡੀ ਸੇਵਾ ਮੈਂ ਸਾਨੂੰ ਨਹੀਂ ਲੱਗਦਾ। ਨਹੀਂ, ਇਹਨਾਂ ਲੋਕਾਂ ਦੀ ਜਿਹੜੇ ਬੇਸਹਾਰਾ ਨੇ, ਉਹਨਾਂ ਲੋਕਾਂ ਦੀ ਸੇਵਾ ਤੁਹਾਨੂੰ ਲੱਗਦਾ ਕਿ ਤੁਸੀਂ, ਮੈਂ ਸਿੱਧਾ ਪੁੱਛ ਲੈਣਾ ਕਿ ਜੇ ਤੁਸੀਂ ਇੱਕ ਪੋਲੀਟੀਸ਼ੀਅਨ ਹੋਵੋ, ਨਹੀਂ ਕਰ ਸਕਦੇ ਜਹਿਨ ਚਾਇਆ ਕਦੇ? ਨਹੀਂ ਜੀ। ਆਮ ਤੌਰ ਤੇ ਇਸ ਤਰੀਕੇ, ਮੈਂ ਸਿੱਧਾ ਸਵਾਲ ਕਰ ਰਿਹਾ ਕਿ ਆਮ ਤੌਰ ਤੇ ਜਿਹੜੇ ਲੋਕ ਬਹੁਤ ਸਮਾਜ ਸੇਵੀ ਬਣਦੇ ਨੇ, ਉਹ ਫਿਰ 2-4-5-10 ਸਾਲਾਂ ਬਾਅਦ ਜਾ ਕੇ ਪੋਲਿਟਿਕਸ ਜੁਆਇਨ ਕਰ ਲੈਂਦੇ, ਉਹਨਾਂ ਨੂੰ ਟਿਕਟ ਆਫਰ ਕਰ ਦਿੱਤੀ ਜਾਂਦੀ ਹੈ ਕਿ ਨਹੀਂ ਤੁਸੀਂ ਸਾਡੇ ਵੱਲੋਂ ਆ ਕੇ ਲੜੋ। ਸਾਨੂੰ ਵੀ ਆਈਆਂ ਜੀ ਆਫਰਾਂ। ਅਸਲ 'ਚ ਕੀ ਪਾਰਟੀ ਨੇ ਕੀਤੀ ਸੀ? ਨਹੀਂ ਨਾ, ਨਹੀਂ ਇਹ ਗੱਲ ਨਹੀਂ ਪੈਣਾ। ਗੱਲ ਇਹ ਆ ਵੀਰੇ, ਸਾਨੂੰ ਉਹਨਾਂ ਨੇ ਸਬਜ਼ ਬਾਗ ਵੀ ਦਿਖਾਏ ਵੀ ਅਸੀਂ ਸਰਵੇ ਕਰਾ ਲਿਆ, ਤੁਸੀਂ ਜੇਤੂ ਆ ਫਲਾਨਾ। ਅਸੀਂ ਉਹਨਾਂ ਨੂੰ ਕਿਹਾ ਜੇ ਤੁਸੀਂ ਸਾਨੂੰ ਵਾਕਈ ਪਿਆਰ ਕਰਦੇ ਹੋ ਤਾਂ ਸਾਨੂੰ ਸੇਵਾ ਕਰ ਲੈਣ, ਪਰ ਅਸੀਂ ਆਪਣੇ ਆਪ ਨਾਲ ਇੱਕ ਪ੍ਰੋਮਿਸ, ਤੁਸੀਂ ਕਦੇ ਪੋਲਿਟਿਕਸ ਜੁਆਇਨ ਨਹੀਂ ਕਰੋ। ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਅਸੀਂ ਜਾਈਏ ਵੀ ਸੰਗਤ ਸਾਨੂੰ ਜਵਾਬ ਦੇਵੇ ਇਸ ਚੀਜ਼ ਦਾ ਵੀ ਅਸੀਂ ਕਿਤੇ ਇਸ ਪਾਸੇ ਨੂੰ ਨਾ ਤੁਰੀਏ। ਰਾਜ ਸਭਾ? ਰਾਜ ਸਭਾ ਕੁਛ ਨਹੀਂ ਜੀ, ਅਸੀਂ ਤਾਂ ਅੱਜ ਸਾਨੂੰ ਲੋਕ ਇੰਨਾ ਪਿਆਰ ਕਰਦੇ ਆ, ਲੋਕ ਫੋਟੋ ਮੈਂ ਪਿਆ, ਮਤਲਬ ਮਾਵਾਂ ਦੇ ਪੁੱਤ ਬਣੇ ਹੋਏ ਆ, ਕਿੰਨੀਆਂ ਭੈਣਾਂ ਦੇ ਭਰਾ ਬਣੇ ਆ, ਕਿੰਨੇ ਬਾਪੂ ਬਜ਼ੁਰਗਾਂ ਦੇ ਪੁੱਤ ਆ। ਮੈਂ ਰੱਖੜੀ ਨੂੰ ਦੇਖ ਰਿਹਾ ਜੀ, ਤੁਸੀਂ ਪੂਰੀ ਬਾਂਹ ਭਰੀ, ਮਾਵਾਂ ਦੋਨੇ ਭਰ ਗਈਆਂ ਸੀ ਬਾਈ। ਮਤਲਬ ਇੱਦਾਂ ਪਿਆਰ ਤਾਂ ਮੈਨੂੰ ਨਹੀਂ ਲੱਗਦਾ ਰਾਜ ਸਭਾ ਕਿਤੇ। ਹੁਣ ਸਾਨੂੰ ਕੋਈ ਵੱਡਾ ਅਵਾਰਡ ਕੋਈ ਦੇ ਦੇਵੇ, ਇਸ ਤੋਂ ਵੱਡਾ ਅਵਾਰਡ ਕੀ ਹੈ ਬਾਈ, ਜਦੋਂ ਇੱਕ ਮਾਂ ਜੱਫੀ 'ਚ ਪਾ ਕੇ ਕਹਿੰਦੀ ਹੈ ਪੁੱਤ ਤੂੰ ਮੇਰਾ ਪੁੱਤ ਆ, ਤੂੰ ਮੇਰੀ ਜਾਨ। ਮੈਂ ਅਵਾਰਡ ਵਾਲੇ ਪਾਸੇ ਆ ਰਿਹਾ ਸੀ, ਇੱਕ ਸੋਸ਼ਲ ਮੀਡੀਆ 'ਤੇ ਬੜੀ ਗੱਲ ਤੁਰੀ, ਕਹਿੰਦੇ ਕਿ ਤੁਹਾਨੂੰ ਪਦਮ ਅਵਾਰਡ ਮਿਲਣਾ ਚਾਹੀਦਾ। ਸਾਨੂੰ ਕੋਈ ਅਵਾਰਡ ਨਹੀਂ ਚਾਹੀਦਾ। ਮੈਂ ਬੇਨਤੀ ਕਰਦਾ ਭੈਣਾਂ ਭਰਾਵਾਂ ਨੂੰ, ਸਾਡੇ ਲਈ ਸਭ ਤੋਂ ਵੱਡਾ ਅਵਾਰਡ ਆ, ਅਰਦਾਸ ਕਰਿਓ ਅਸੀਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਦੇ ਰਹੀਏ। ਇਨਸਾਨ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਉਹਦੀ ਨੀਤ ਵਿਗੜ ਜਾਵੇ। ਸਾਡੇ ਪਰਿਵਾਰ ਦਾ, ਸਾਡੇ ਬੱਚਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਦਾ ਮਾਦਾ ਬਣਾਉਣ ਵੀ ਉਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਥੇ ਕੁਛ ਪਾਉਣ, ਇਹਦੇ ਵਿੱਚੋਂ ਅਸੀਂ ਖਾਈਏ ਨਾ, ਕੁਛ ਕੱਢੀਏ ਨਾ, ਸਾਡੀ ਨੀਤ ਸਾਫ਼ ਰੱਖਿਓ ਵਾਹਿਗੁਰੂ ਜੀ। ਸਾਡੇ ਲਈ ਸਭ ਤੋਂ ਵੱਡਾ ਅਵਾਰਡ ਇਹੀ ਆ, ਜਿੱਦਣ ਸਾਡੇ ਸਵਾਸ ਪੂਰੇ ਹੋਣ, ਇਸੇ ਤਰ੍ਹਾਂ ਹੀ ਸੇਵਾ ਕਰਦਿਆਂ ਦੇ ਪੂਰੇ ਹੋ ਜਾਣ। ਹੋਰ ਕੋਈ ਅਹੁਦਾ ਨਹੀਂ ਦੁਨੀਆਂ ਦਾ ਇਸ ਤੋਂ ਵੱਡਾ, ਜਿਹੜਾ ਅਹੁਦਾ ਸਾਨੂੰ ਦਿੱਤਾ ਨਾ ਬਾਈ ਜੀ ਸ਼ੁਕਲਾ ਜੀ, ਵਾਹਿਗੁਰੂ ਜੀ ਨੇ, ਸਾਨੂੰ ਨਹੀਂ ਲੱਗਦਾ ਦੁਨੀਆਂ 'ਚ ਇਸ ਤਰ੍ਹਾਂ ਦਾ ਅਹੁਦਾ। ਮੈਂ ਤਾਂ ਹੀ ਪੁੱਛ ਰਿਹਾ ਸੀ ਕਿ ਅਹੁਦੇ ਤਾਂ ਫਿਰ ਆਫਰ ਕਰ ਦਿੱਤੇ ਜਾਂਦੇ ਨੇ, ਜਿਵੇਂ ਤੁਸੀਂ ਟਿਕਟ ਆਫਰ ਦੀ ਗੱਲ ਕਰ ਦਿੱਤੀ ਕਿ ਰਾਜ ਸਭਾ ਆਫਰ ਹੁੰਦੀ ਹੈ, ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ ਕਿ ਨਹੀਂ? ਨਹੀਂ ਬਾਈ, ਮੈਂ ਉਹ 'ਚ ਜਵਾਬ ਦੇ ਦੋਗੇ, ਠੁਕਰਾ ਦੋਗੇ ਕਿ ਨਹੀਂ ਜਾਣਾ ਮੇਰਾ? ਮੈਂ ਕੀ ਕਰ ਸਕਦਾ ਉਹਦੇ 'ਚ ਜਾ ਕੇ? ਸਾਡੀ 9 ਸਾਲ ਹੋਣ ਵਾਲੇ ਲਗਭਗ, ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਸਾਡਾ ਜਿਹੜਾ ਲੋਕਲ MLA ਆ ਕਦੇ ਉਹ ਵੀ ਨਹੀਂ ਆਇਆ ਬਾਈ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਗਲਤ ਆ, ਠੀਕ ਆ, ਉਹ ਸਾਨੂੰ ਸੇਵਾ ਹੈ ਕਿ ਤੁਸੀਂ ਵੜਨ ਨਹੀਂ ਦਿੱਤਾ, ਉਹ ਸੇਵਾ ਨਹੀਂ ਕਰ, ਸਾਨੂੰ ਉਹ ਸੇਵਾ ਕਰਨ ਦੇ ਰਿਹਾ, ਚੰਗੀ ਗੱਲ ਆ। ਮਨਪ੍ਰੀਤ ਸਿੰਘ ਆਲੀ ਜੀ ਆ ਸਾਡੇ ਲੋਕਲ MLA, ਉਹਨਾਂ ਨੇ ਸਾਡੇ, ਜੇ ਉਹ ਆਉਣਗੇ, ਦੇਖੋ ਗੱਲ ਇਹ ਵੀ ਦੂਸਰੇ ਵੀ ਫਿਰ ਦੂਜੀ ਪਾਰਟੀਆਂ ਨੇ ਵੀ ਆਉਣਗੇ, ਇੱਕ ਅਸੀਂ ਪਬਲਿਕ ਦੇ ਵਿੱਚ ਬੈਠੇ, ਕਿਸੇ ਨੂੰ ਰੋਕ ਨਹੀਂ ਸਕਦੇ। ਇਲੈਕਸ਼ਨਾਂ ਦੇ ਵਿੱਚ ਨੋ ਡਾਊਟ 1-2 ਵਾਰੀ ਹੋਰ ਬੰਦਿਆਂ ਨੇ ਸਾਨੂੰ ਅਪਰੋਚ ਕੀਤੀ ਸੀ, ਉਹਨਾਂ ਨੂੰ ਮਨਾ ਕਰਤਾ ਵੀ ਪਲੀਜ਼ ਜੇ ਆਉਣਾ ਬਾਅਦ 'ਚ ਆ ਜਾਇਓ। ਚਲੋ ਮੈਂ ਵਾਈਂਡ ਅਪ ਕਰਾਂ, ਪਰ ਮੈਨੂੰ ਦੱਸ ਦਿਓ ਕਿ ਤੁਹਾਨੂੰ ਟਿਕਟ ਦੀ ਆਫਰ MP ਇਲੈਕਸ਼ਨ 'ਚ ਹੋਈ ਸੀ ਕਿ MLA ਦੀ ਇਲੈਕਸ਼ਨ 'ਚ? ਇਸ ਵਾਰ ਹੋਈ ਹੈ 2022? ਇਸ ਵਾਰ ਹੀ ਹੋਈ ਸੀ 2000, ਜਿਹੜੀ ਹੁਣ ਹੋ ਗਈ ਸਾਡੀ ਇਲੈਕਸ਼ਨ 24 ਵਾਲੀ, ਜਿਹੜੀ ਹੁਣ ਲੋਕ ਸਭਾ ਦੀ ਹੋਈ ਹੈ, ਲੁਧਿਆਣੇ ਵਾਲੀ ਟਿਕਟ ਆਫਰ ਹੋਈ ਉਹ ਹੀ ਹੋਊਗੀ ਜੀ, ਹੋਰ ਕਿਹੜੀ ਹੋਣੀ ਹੈ? ਸਾਡੇ ਕੋਲ ਬੰਦੇ ਆਏ ਸੀ, ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਵੱਡੇ ਵੱਡੇ ਨਾਮ ਵੀ ਲਏ, ਅਤੇ ਉਹਨਾਂ ਨੇ ਸਾਡੇ ਰਿਸ਼ਤੇਦਾਰਾਂ ਰਾਹੀਂ ਵੀ ਗੱਲ ਕਰੀ, ਅਤੇ ਉਹ ਸਾਡਾ ਰਿਸ਼ਤੇਦਾਰ ਵੀ ਉਹਦੇ ਗਾਲੀ ਪੈ ਗਿਆ, ਕਹਿੰਦਾ ਤੁਸੀਂ ਉਹਨੂੰ ਸੇਵਾ ਕਰ ਲੈਣਾ ਹੈ। ਮੈਂ ਦਿੱਲੀ ਵਾਲਿਆਂ ਦੇ ਨਾਮ ਲਏ ਸੀ। ਹਾਂ, ਦਿੱਲੀ ਵਾਲਿਆਂ ਦੇ ਲਏ ਨਾ, ਜਾਂ ਦੋ ਤਿੰਨ ਵੱਡੀਆਂ ਪਾਰਟੀਆਂ ਉਹਨਾਂ ਦੇ ਵਿੱਚ ਕੋਈ ਆਇਆ ਤੁਹਾਡੇ ਕੋਲ? ਕੋਈ ਤਾਂ ਆਇਆ ਹੋਊ ਜੀ, ਹੈ ਨਾ। ਪਰ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਸੰਗਤ ਨੂੰ ਵੀ, ਜੇ ਕਿਤੇ ਅਸੀਂ ਵੀ ਤੁਹਾਡੇ ਮੂਹਰੇ ਆ ਕੇ ਖੜੇ ਹੋ ਜਾਈਏ ਜੋੜ ਕੇ ਹੱਥ, ਵੀ ਅਸੀਂ ਕਹੀਏ ਸਾਨੂੰ ਵੋਟਾਂ ਪਾਵੋ, ਸਾਨੂੰ ਬਿਲਕੁਲ ਨਾ ਪਾਇਓ, ਹੋ ਸਕਦਾ ਕਿਤੇ ਸਾਡਾ ਦਿਮਾਗ ਬਦਲ ਜਾਵੇ। ਪਰ ਸਾਡੀ ਬੇਨਤੀ ਹੈ, ਕਲਿੱਪ ਜ਼ਰੂਰ ਕੱਟ ਕੇ ਲਾ ਦਿਓ ਉਸ ਟਾਈਮ, ਤੁਸੀਂ ਲੋਕ ਲਗਾ ਦਿੰਦੇ, ਮੈਂ ਉਹੀ ਕਹਿਣ ਲੱਗਿਆ ਸੀ ਕਿ ਤੁਹਾਡੀ ਇਹ ਕਲਿੱਪ ਰੱਖ ਲੈਣੀ ਹੈ ਲੋਕਾਂ ਨੇ, ਜ਼ਰੂਰ ਲਾ ਦਿਓ, 2-4-5 ਸਾਲ ਬਾਅਦ ਇਲੈਕਸ਼ਨ ਲੜਨ ਚਲੇ ਗਏ, ਆਹੀ ਕਲਿੱਪ ਦਿਖਾਉਣੀ। ਅਸੀਂ ਜੇ ਇਸ ਚੀਜ਼ ਦੇ ਵਿੱਚ ਜਾਵਾਂਗੇ ਨਾ ਜੀ,
ਤਾਂ ਇਹ ਸੇਵਾ ਨੂੰ ਕੈਸ਼ ਕਰਾਂਗੇ, ਹੋਰ ਨਹੀਂ ਫਿਰ ਕੋਈ। ਅਤੇ ਇਹੀ ਬੇਨਤੀ ਆ ਵੀ ਅਸੀਂ ਇਹ ਕਰਦੇ ਰਹੀਏ, ਆਖਰੀ ਸਵਾਸ ਤੀਕਰ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਮਿਹਰ ਕਰੇ ਵੀ ਸਾਨੂੰ ਇਸ ਪਾਸੇ ਨੂੰ ਕਦੇ ਜਾਣ ਦੀ ਨੌਬਤ ਨਾ ਆਵੇ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਬੜੀ ਲੰਬੀ ਗੱਲਬਾਤ ਆਪਾਂ ਕੀਤੀ ਹੈ। ਮੈਨੂੰ ਲੱਗਦਾ ਬਹੁਤ ਸਾਰੇ ਕਿੱਸੇ, ਮੈਂ ਇਹ ਵੀ ਮਹਿਸੂਸ ਕਰ ਰਿਹਾ ਕਿ ਜਦੋਂ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਜੇ 700 ਲੋਕ ਕਹਿੰਦਾ 700 ਲੋਕਾਂ ਦੇ ਨਾਲ ਜਿਹੜੇ ਤੁਹਾਡੇ ਉੱਥੇ ਪਰਿਵਾਰ ਦੇ ਸਭ ਦਾ ਇੱਕ ਇੱਕ ਕਹਾਣੀ, ਇੱਕ ਸਟੋਰੀ ਆ ਉਹਨਾਂ ਦੇ ਪਿੱਛੇ, ਤੁਸੀਂ ਇੱਕ ਇੱਕ ਕਰਕੇ ਬਹੁਤ ਸਾਰੀਆਂ ਜਿਹੜੀਆਂ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ। ਬਹੁਤ ਜੀ, ਹਜ਼ਾਰਾਂ ਹੀ ਆ ਬਾਈ, ਹਜ਼ਾਰਾਂ ਹੀ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਅਸੀਂ ਤਾੜੀਆਂ ਦੇ ਨਾਲ, ਔਰ ਅਸੀਂ ਅੱਜ ਦੀਆਂ ਸਟੋਰੀ ਸੁਣ ਕੇ ਸਾਨੂੰ ਇਹ ਵੀ ਲੱਗ ਰਿਹਾ ਕਿ ਬਹੁਤ ਕੁਝ ਐਸਾ ਜਿਹੜੀਆਂ ਸ਼ਾਇਦ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੈ, ਔਰ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਮਹਿਸੂਸ ਨਹੀਂ ਕਰ ਪਾ ਰਹੇ ਕਿ ਇਹ ਵੀ ਸਮਾਜ ਦੇ ਵਿੱਚ ਹੋ ਰਿਹਾ ਜੋ ਤੁਸੀਂ ਸਾਨੂੰ ਦੱਸਿਆ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਨਿਊਜ਼ 18 ਦੀ ਟੀਮ ਦੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੀਰ ਜੀ, ਸਾਰਿਆਂ ਦਾ ਧੰਨਵਾਦ। ਮਨੁੱਖਤਾ ਦੀ ਸੇਵਾ, ਸੰਸਥਾ ਦੀਆਂ ਵੀਡੀਓਜ਼ ਦੇਖਣਾ ਅਤੇ ਉਸ ਵੀਡੀਓਜ਼ ਦੀ ਤਰ੍ਹਾਂ ਕਿਸੇ ਦੀ ਸੇਵਾ ਕਰਨਾ, ਇਹ ਦੋਵਾਂ ਦੇ ਵਿੱਚ ਬਹੁਤ ਫਰਕ ਹੈ। ਸਾਡੇ ਸਾਹਮਣੇ ਬਹੁਤ ਕੁਝ ਹੁੰਦਾ ਜਿਸ ਨੂੰ ਸ਼ਾਇਦ ਆਪਾਂ ਦੇਖਦੇ ਹਾਂ, ਉਸਦੇ ਬਾਰੇ ਸੋਚਦੇ ਹਾਂ, ਬਹੁਤ ਦੁੱਖ ਹੁੰਦਾ ਹੈ, ਦਰਦ ਹੁੰਦਾ ਹੈ, ਬਾਵਜੂਦ ਉਸਦੇ ਉਸ ਲਈ ਕੁਝ ਕਰ ਨਹੀਂ ਪਾਉਂਦੇ। ਪਰ ਕੁਝ ਲੋਕ ਹੈਗੇ ਨੇ ਜੋ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬਾਅਦ ਦੇ ਵਿੱਚ ਅਜਿਹੀਆਂ ਵੀ ਸੁਣੀਆਂ ਉਹਨਾਂ ਦੇ ਜ਼ੁਬਾਨੀ, ਜਿਸ ਤੋਂ ਬਾਅਦ ਲੱਗਦਾ ਕਿ ਬਹੁਤ ਕੁਝ ਸੁਸਾਇਟੀ ਦੇ ਵਿੱਚ ਕੀਤਾ ਜਾ ਸਕਦਾ, ਔਰ ਸਾਡੇ ਆਲੇ ਦੁਆਲੇ ਤੋਂ, ਸਾਡੇ ਪਿੰਡ ਤੋਂ, ਸਾਡੇ ਮੁਹੱਲੇ ਤੋਂ ਹੀ ਹੁੰਦੀ ਹੈ। ਸ਼ਾਇਦ ਉਹੀ ਗੁਰਪ੍ਰੀਤ ਹੋਰਾਂ ਨੇ ਕੀਤੀ ਹੈ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ, ਇਹ ਇੰਟਰਵਿਊ ਬਹੁਤ ਮਨਾਂ ਨੂੰ ਬਦਲੇਗੀ, ਜਿਨ੍ਹਾਂ ਦੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾਂਦੇ ਨੇ ਜੋ ਅਸੀਂ ਪੂਰੀ ਗੱਲਬਾਤ ਦੇ ਦੌਰਾਨ ਵੀ ਕਰ ਰਹੇ ਸੀ, ਔਰ ਉਮੀਦ ਕਰਦੇ ਹਾਂ ਕਿ ਅਸੀਂ ਆਪਣੇ ਲੈਵਲ 'ਤੇ ਜਿੰਨਾ ਕੁਝ ਯੋਗਦਾਨ ਜ਼ਰੂਰ ਆਪਣੀ ਸੁਸਾਇਟੀ ਦੇ ਪ੍ਰਤੀ ਪਾਵਾਂਗੇ। ਨਿਊਜ਼ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਮੈਨੂੰ ਯਾਨੀ ਗੌਰਵ ਸ਼ੁਕਲਾ ਨੂੰ ਇਜਾਜ਼ਤ ਦਿਓ, ਧੰਨਵਾਦ।